ਅਸਲਾਮ ਅਲੈਕੁਮ ਵਰਹਮਤੁਲਲਾ ਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਉਮੀਦ ਕਰਨੇ ਸਾਰੇ ਦੋਸਤ ਠੀਕ ਠਾਕ ਹੋਣਗੇ ਅੱਲਾਹ ਤਾਲਾ ਇਜਾਜ਼ ਸਭ ਨੂੰ ਆਪਣੇ ਹਿਫਜ਼ੋ ਇਮਾਨ ਚ ਰੱਖੇ ਤੇ ਅੱਜ ਲਾਈਵ ਆਨ ਦਾ ਥੋੜਾ ਜਿਹਾ ਮਕਸਦ ਹੈ ਸੀ ਕਿ ਕਾਫੀ ਦੋਸਤ ਕਹਿੰਦੇ ਨੇ ਕਿ ਤੁਸੀਂ ਨਾ ਬਿਮਾਰੀਆਂ ਦੇ ਮਤਲਬ ਵੀ ਥੋੜਾ ਜਿਹਾ ਨਾ ਕੋਈ ਮੈਡੀਸਨ ਵਗੈਰਾ ਤੋਂ ਗਾ ਕਰੋ ਤੇ ਇਸ ਲਈ ਮੈਂ ਲਾਈਵ ਵੀਡੀਓ ਬਣਾ ਰਿਹਾ ਤੇ ਮਕਸਦ ਹੈਗਾ ਕਿ ਸਰਦੀ ਕਾਫੀ ਜ਼ਿਆਦਾ ਪੈ ਰਹੀ ਹੈ ਦੇ ਵੀਰੋ ਪ੍ਰਿੰਦੇਨ ਕਾਫੀ ਮੁਸ਼ਕਿਲات ਆ ਰਹੀਆਂ ਪਰੇਸ਼ਾਨੀਆਂ ਆ ਰਹੀਆਂ ਤੇ ਇੱਕ ਦੋ ਚੀਜ਼ਾਂ ਮੈਂ ਦੋਸਤਾਂ ਨਾਲ ਸ਼ੇਅਰ ਕਰਾਂਗਾ ਤੇ ਔਰ ਮੈਂ ਨਾ ਇਹ ਮੈਡੀਸਨ ਦੱਸਣ ਤੋਂ ਪਹਿਲੇ ਤੁਹਾਨੂੰ ਇੱਕ ਚੀਜ਼ ਦੱਸਾਂ ਸੀ ਕੋਈ ਡਾਕਟਰ ਨਹੀਂ ਹੈਗੇ ਇਹ ਕੁਝ ਚੀਜ਼ਾਂ ਇਨਸਾਨ ਆਪਣੇ ਤਜਰਬਿਆਂ ਤੋਂ ਸਿੱਖਦਾ ਹੈ ਵਕਤ ਦੇ ਨਾਲ-ਨਾਲ ਤਜਰਬੇ ਦੇ ਨਾਲ ਇਨਸਾਨ ਨਾ ਕੋਈ ਚੀਜ਼ਾਂ ਸਿੱਖਦਾ ਤੇ ਉਹੋ ਹੀ ਅਸੀਂ ਆਪਣੇ ਤਜਰਬੇ ਕੋਲੋਂ ਜਿਹੜੀਆਂ ਚੀਜ਼ਾਂ ਸਿੱਖੀਆਂ ਨੇ ਜਾਂ ਜਿਹੜੀ ਮੈਡੀਸਨ ਵਗੈਰਾ ਸਾਡੇ ਤਜਰਬੇ 'ਚ ਆਈ ਹੈ ਉਹ ਦੋਸਤਾਂ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਪੰਛੀਆਂ ਚ ਨੱਕ ਦੀ ਬਿਮਾਰੀ ਆਮ ਤੌਰ ਤੇ ਆ ਜਾਂਦੀ ਹੈ ਅੱਜ ਕੱਲ ਨਾ ਮੂੰਹ ਚ ਜ਼ਹਿਰਬਜ਼ ਹੋ ਜਾਂਦਾ ਹੈ ਗੱਲੇ ਜੀ ਰਸੋਲੀ ਬਣ ਜਾਂਦੀ ਹੈ ਉਹਦੀ ਵੀ ਇਹ ਤੋਂ ਕਾਫੀ ਪਰਿੰਦੇ ਡਿਸਟਰਬ ਹੁੰਦੇ ਨੇ ਬਾਸ ਕਬੂਤਰ ਜਿਹੜੇ ਨਾ ਪੋਟਾ ਮਲਣਾ ਸ਼ੁਰੂ ਕਰ ਦਿੰਦੇ ਨੇ ਕਈਆਂ ਦੀਆਂ ਜਿਹੜੀਆਂ ਨੇ ਨਾ ਉਹ ਗਰਦਨੀਆਂ ਦੀ ਆਪਣੀ ਮਲ ਦਿੰਦੇ ਨੇ ਕਾਫੀ ਦੋਸਤ ਸਲਾਮ ਕਰ ਰਹੇ ਨੇ ਸਾਰਿਆਂ ਨੂੰ ਮੇਰੇ ਵੱਲ ਅਲੈਕੁਮ ਸਲਾਮ ਤੇ ਮੇਰੀ ਕੋਸ਼ਿਸ਼ ਇਹ ਬਲੇ ਮੈਂ ਆਪਣੀ ਗੱਲ ਮੁਕੰਮਲ ਕਰਨਾ ਵਾ ਤੇ ਕਾਫੀ ਨਾ ਪ੍ਰੋਬਲਮ ਆਉਂਦੀਆਂ ਕਬੂਤਰਾਂ ਦੇ ਵਿੱਚ ਇਹ ਜਿਹੜੀ ਮੈਡੀਸਿਨ ਮੈਂ ਤੁਹਾਡਾ ਨਾਲ ਸ਼ੇਅਰ ਕਰਨ ਲੱਗਾ ਹੈ ਤੇ ਆਮ ਜੀ ਲੇਕਿਨ ਇਨਸ਼ਾਅੱਲਾ ਇਹ ਨਾਲ ਬੜਾ ਜ਼ਬਰਸ ਕਬੂਤਰਾਂ ਦੇ ਇਲਾਜ ਹੁੰਦਾ ਜਿੰਨਾ ਮਰਜ਼ੀ ਗੱਲੇ ਚ ਜ਼ਹਿਰਬਾਜ਼ ਹੋਵੇ ਫਿਰ ਉਸਤੁਲਾ ਜਿੰਨੀ ਮਰਜ਼ੀ ਸੋਲੀ ਬਣੀ ਹੋਵੇ ਇਨਸ਼ਾਅੱਲਾ ਇਹ ਨਾਲ ਬਿਲਕੁਲ ਖਤਮ ਹੋ ਜਾਈਗੀ ਤੇ ਇਸ ਤੋਂ ਇਲਾਵਾ ਨੇ ਇੱਕ ਹੋਰ ਬਿਮਾਰੀ ਪਰਿੰਦਿਆਂ ਚੰਦੀ ਹੈ ਅਕਸਰ ਮਾਦੀਆਂ ਅੰਡੇ ਲਾਉਣ ਤੋਂ ਬਾਅਦ ਨਾ ਉਹਨਾਂ ਦਾ ਪਿੱਛਾ ਬਾਹਰ ਆ ਜਾਂਦਾ ਉਹ ਕਾਫੀ ਡਿਸਟਰਬ ਹੋ ਜਾਂਦੀਆਂ ਤੇ ਉਹਦੇ ਅਸੇ ਵੀ ਇਹ ਦਵਾਈ ਬੜੀ ਬਿਹਤਰੀਨ ਹੈ ਤੇ ਇਹ ਦਵਾਈ ਮੈਂ ਤੁਹਾਨੂੰ ਦੱਸਣਾ ਇਨਸ਼ਾਅੱਲਾ ਤੁਸੀਂ ਜਿਹੜਾ ਨਾ ਇਹਨੂੰ ਤਜਰਬਾ ਕਰਨਾ ਤੇ ਇਨਸ਼ਾਅੱਲਾ ਅੱਲਾ ਨੇ ਚਾਇਆ ਤੇ ਅੱਲਾ ਤਾਲਾ ਸ਼ਿਫਾ ਦੇਗਾ ਬệnhਿਆਂ ਨੂੰ ਸਭ ਤੋਂ ਪਹਿਲੇ ਜਿਹੜੀ ਤੁਸੀਂ ਮੈਡੀਸਿਨ ਲੈਣੀ ਹੈ ਨਾ ਉਹ ਹੈਵੇ ਨੋਵੀਡੇਟ ਇਹ ਨੋਵੀਡੇਟ 250 ਸਿਪਰੋਫਲੋਕਸਾਸਿਨ ਇਹਦਾ ਫਾਰਮੂਲਾ ਹੈ ਇਹਦੇ ਵਿੱਚ ਇੱਕ ਮਰਸੀਬ ਦੇ ਨਾਂ ਤੋਂ ਵੀ ਆਂਦੀ ਹੋਰ ਵੀ ਕਾਫੀ ਨਾਮ ਨੇ ਲੇਕਿਨ ਇਹਦਾ ਫਾਰਮੂਲਾ ਹੈ ਸਿਪਰੋਫਲੋਕਸਾਸਿਨ ਨੋਵੀਡੇਟ 250 ਤੇ ਤੁਸੀਂ ਜਿਹੜੀ ਮੈਡੀਸਿਨ ਲੈਣੀ ਹੈਗੀ ਐਥਰੋਸਿਨ ਰੈਥਰੋਸਿਨ 250 ਇਸ ਤੋਂ ਇਲਾਵਾ ਤੁਸੀਂ ਇੱਕ ਜਿਹੜੀ ਮੈਡੀਸਿਨ ਲੈਣੀ ਹੈ ਹੈਗੀ ਐ ਮੈਟੋਡਾਈਨ ਮੈਟੋਡਾਈਨ ਇਹਦੇ ਮਤਬਦਲ ਤੁਸੀਂ ਫਲੇਜਲ ਵੀ ਲੈ ਸਕਦੇ ਹੋ ਤੇ ਮੈਟੋਡਾਈਨ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਮੈਡੀਸਿਨ ਨੇ ਉਹ ਹੈ ਜੇ ਟੀਡੇ ਇਹ ਐਂਟੀ ਅਲਰਜੀ ਹੈ ਟੀਡੇ ਜ਼ਿਆਦਾ ਛੇ ਇਹਦੇ ਮਤਬਦਲ ਤੁਸੀਂ ਰੈਜਿਕਸ ਗੋਲੀ ਵੀ ਇਸਤੇਮਾਲ ਕਰ ਸਕਦੇ ਹੋ ਇਹਨਾਂ ਚਾਰ ਗੋਲੀਆਂ ਇਹਨੇ ਨੋਵੀਡੇਟ ਰੈਥਰੋਸਿਨ ਮੈਟਰੋਡਾਈਨ ਤੇ ਟੀਡੇ ਇਹ ਚਾਰਾਂ ਤੁਸੀਂ ਪੌਡਰ ਕਰ ਲੈਣਾ ਔਰ ਇਹਦੇ ਨਾਲ ਇੱਕ ਤੁਸੀਂ ਹੋਰ ਗੋਲੀ ਸ਼ਾਮਿਲ ਕਰਨੀ ਹੈ ਇਹ ਡੈਲਟਾ ਕੋਰਟਲ ਇਹ ਬੜੀ ਜ਼ਬਰਦਸਤ ਗੋਲੀ ਹੈ ਸਟੀਰਾਈਡ ਹੈ ਲੇਕਿਨ ਇਹ ਬਹੁਤ ਜ਼ਬਰਦਸਤ ਗੋਲੀ ਹੈ ਇਹ ਫਿਰ ਤੁਸੀਂ ਦੇਖ ਲਓ ਨੋਵੀਡੇਟ ਰੈਥਰੋਮਾਈਸਿਨ ਤੇ ਮੈਟਰੋਡਾਈਨ ਟੀਡੇ ਡੈਲਟਾ ਕੋਰਟਲ ਇਹ ਪੰਜੋ ਗੋਲੀਆਂ ਤੁਸੀਂ ਪੌਡਰ ਕਰ ਲੈਣੀਆਂ ਹੈ ਤੇ ਕਬੂਤਰ ਦੇ ਗਲੇ ਦੇ ਵਿੱਚ ਨਾ ਤੁਸੀਂ ਇੱਕ ਚੁਟਕੀ ਪਾ ਦੇਣੀ ਹੈ ਤੇ ਇਨਸ਼ਾ ਅੱਲਾਹ ਤਾਲਾ ਇਹਦੇ ਨਾਲ ਨਾ ਕਬੂਤਰ ਬਿਲਕੁਲ ਠੀਕ ਹੋ ਜਾਣਗੇ ਜਿੰਨਾ ਮਰਜ਼ੀ ਗਲੇ 'ਚ ਜ਼ਹਿਰ ਬਾਦ ਹੋਵੇ ਜਾਂ ਕਬੂਤਰ ਦੇ ਗਲੇ 'ਚ ਰਸੋਲੀ ਪੰਜਾ ਹੈ ਕਬੂਤਰ ਆਪਣੀ ਪੋਰਟ ਮਲ ਰਿਹਾ ਹੋਵੇ ਅੱਜ ਕੱਲ ਸਰਦੀ ਦਾ ਮੌਸਮ ਹੈ ਤੁਸੀਂ ਇਹ ਰੂਟੀਨ ਨਾਲ ਇਸਤੇਮਾਲ ਕਰਕੇ ਸੁਸਤ ਕਬੂਤਰ ਨੂੰ ਵੀ ਦੇ ਸਕਦੇ ਹੋ ਯਾਨੀ ਕਿ ਜੇ ਤੁਸੀਂ ਪਾਊਡਰ ਬਣਾ ਕੇ ਰੱਖ ਲਓ ਆਪਣੇ ਕੋਲ ਤੇ ਜਿੰਨਾ ਮਰਜ਼ੀ ਕਬੂਤਰ ਸੁਸਤੇ ਇੱਕ ਚੁਟਕੀ ਉਹਦੇ ਮੂੰਹ 'ਚ ਉਤਾਰ ਦੇਣੀ ਹੈ ਲੇਕਿਨ ਇੱਕ ਇhtਿਆਤ ਕਰਨੀ ਹੈ ਕਿ ਮਸਕ ਮਿਕ ਘੰਟਾ ਕਬੂਤਰ ਨੂੰ ਪਾਣੀ ਨਹੀਂ ਦੇਣਾ ਤੁਸੀਂ ਕਮੋਸ ਕਮੇ 1 ਘੰਟਾ ਕੋ ਤੁਹਾਨੂੰ ਪਾਣੀ ਨਹੀਂ ਦੇਣਾ ਉਸ ਤੋਂ ਬਾਅਦ ਜਿਹੜਾ ਨਾ ਤੁਸੀਂ ਉਹਨੂੰ ਪਾਣੀ ਦੇ ਸਕਦੇ ਹੋ ਤੇ ਇਹ ਦੋ ਟਾਈਮ ਤੁਸੀਂ ਦਿਓ ਇਨਸ਼ਾਅੱਲਾ ਤੀਜੀ ਦਫਾ ਦੇਣ ਦੀ ਜ਼ਰੂਰਤ ਨਹੀਂ ਪੈਗੀ ਕਿਸੇ ਨੂੰ ਬਹੁਤ ਜ਼ਿਆਦਾ ਰਸੋਲੀ ਹੋਵੇ ਤੇ ਉਹ ਤੁਸੀਂ ਜਿਹੜਾ ਨਾ ਤਿੰਨ ਚਾਰ ਦਫਾ ਨੂੰ ਤੁਸੀਂ ਦਿਓਗੇ ਤਾਂ ਇਨਸ਼ਾਅੱਲਾ ਖਤਮ ਹੋ ਜਾਏਗੀ। ਔਰ ਦੂਸਰੀ ਚੀਜ਼ ਹੈ ਜਿਸ ਕਬੂਤਰ ਮਾਦੀ ਦਾ ਪਿੱਛਾ ਬਾਹਰ ਆ ਜਾਵੇ ਉਹਨੂੰ ਹੀ ਮਸਲਾ ਹੋ ਜਾਂਦਾ ਹੈ। ਤੁਸੀਂ ਉਹਨੂੰ ਵੀ ਇਹ ਚੁਟਕੀ ਦਿਓ। ਨਾਲ ਉਹਦੇ ਉਹ ਉਸ ਜਗ੍ਹਾ ਦੇਤੇ ਨਾ ਪਿੱਛੇ ਵਾਲੀ ਜਗ੍ਹਾ ਦੇਤੇ ਉੱਥੇ ਵੀ ਇਹ ਪਾਊਡਰ ਨਾਲ ਥੋੜਾ ਜਿਹਾ ਪਾ ਦਿਓ ਮਕਸਦ ਇਹ ਹੈ ਨਾਲ ਨਾ ਖੁਸ਼ਕ ਹੋ ਜਾਂਦਾ ਜ਼ਖਮ ਉਹ ਠੀਕ ਹੋਏਗਾ ਇਨਸ਼ਾਅੱਲਾ ਇਸ ਤੋਂ ਲਵਾ ਜਿਹੜੀ ਇਹ ਮਾਦੀਆਂ ਦਾ ਪਿੱਛਾ ਬਾਹਰ ਆ ਜਾਂਦਾ ਉਹਦੇ ਵਾਸਤੇ ਇੱਕ ਹੋਰ ਦੇਸੀ ਨੁਸਖਾ ਵੀ ਹੈਗਾ ਤੁਸੀਂ ਉਹਦੇ ਵਿੱਚ ਨਾ ਫਟਕੜੀ ਦਾ ਇਸਤੇਮਾਲ ਕਰ ਸਕਦੇ ਹੋ ਫਟਕੜੀ ਲੈ ਕੇ ਉਹਨੂੰ ਫੁੱਲ ਕਰ ਲੋ ਉਹਦਾ ਪਾਊਡਰ ਬਣਾ ਕੇ ਕੈਪਸੂਲਾਂ ਵਿੱਚ ਭਰ ਲਓ ਛੋਟੇ ਜਿਹੜੇ ਸਭ ਤੋਂ ਛੋਟੇ ਸਾਈਜ਼ ਦੇ ਕੈਪਸੂਲ ਨੇ ਉਹ ਤੁਸੀਂ ਕਬੂਤਰ ਨੂੰ ਨੀਮ ਗਰਮ 5 ਸੀਸੀ ਦੁੱਧ ਦੇ ਨਾਲ ਦਿਓ ਔਰ ਫਟਕੜੀ ਨੂੰ ਉਹਦੇ ਜ਼ਖਮ ਦੇ ਉੱਤੇ ਵੀ ਲਗਾਓ ਇਨਸ਼ਾਅੱਲਾ ਕਬੂਤਰੋ ਵੀ ਠੀਕ ਹੋ ਜਾਏਗਾ ਤੇ ਅੱਲਾਹ ਤਾਲਾ ਹੀ ਸ਼ਫਾ ਦੇਣ ਵਾਲੀ ਹੈ ਤੇ ਇਹ ਤੁਸੀਂ ਇਨਸ਼ਾਅੱਲਾ ਇਸਤੇਮਾਲ ਕਰੋ ਇਸ ਤੋਂ ਇਲਾਵਾ ਨੇ ਇਹਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਐਡ ਕਰ ਸਕਦੇ ਹੋ ਉਹ ਹੈਗਾ ਕਿ ਜਿਹੜਾ ਤੁਸੀਂ ਅਗਰ ਕਬੂਤਰਾਂ ਨੂੰ ਬਿਲ ਫਰਜ਼ ਹੈ ਗੱਲੇ ਦਾ ਸ਼ੂ ਨਹੀਂ ਹੈਗਾ ਤੁਸੀਂ ਇੱਕ ਗੋਲੀ ਹੋਰ ਐਡ ਕਰ ਸਕਦੇ ਹੋ ਉਹ ਹੈਗੀ ਇਹ ਐਰੀਨੈਕ ਐਰੀਨੈਕ ਜਾਂ ਪੈਨਾਡੋਲ ਜਿਸਨਾ ਸਰਦੀ ਦਾ ਮੌਸਮ ਹੈ ਜਿੰਨਾ ਮਰਜ਼ੀ ਬਿਮਾਰ ਕਬੂਤਰ ਹੈ ਸੁਸ ਕਬੂਤਰ ਹੈ ਤੁਸੀਂ ਐਰੀਨੈਕ ਜਾਂ ਪੈਨਾਡੋਲ ਇਹਦੇ ਵਿੱਚ ਐਡ ਕਰ ਲਓ ਤੇ ਇਨਸ਼ਾਅੱਲਾ ਮਜ਼ੀਦ ਬਿਹਤਰੀ ਹੋਈਏਗੀ ਤੇ ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਪ੍ਰਿੰਦਿਆਂ ਨੂੰ ਜਿੰਨੀ ਘਰ ਤੋਂ ਘੜ ਮੈਡੀਸਿਨ ਦਿੱਤੀ ਜਾਏ ਉਹਨਾਂ ਬਿਹਤਰ ਹੈ ਤੇ ਲੇਕਿਨ ਅਸੀਂ ਸਾਡੀ ਕੋਸ਼ਿਸ਼ ਹੁੰਦੀ ਕਿ ਜਾਨਵਰਾਂ ਦੀ ਜ਼ਿੰਦਗੀ ਬਚ ਜਾਏ ਔਰ ਸਾਡਾ ਮਕਸਦ ਵੀ ਹੈ ਹੀ ਔਰ ਅਗਰ ਮੇਰੇ ਖਿਆਲ ਨਾਲ ਇੱਕ ਪ੍ਰਿੰਦੇ ਦੀ ਵੀ ਜਾਨ ਬਚ ਜਾਂਦੀ ਹੈ ਤੇ ਸਾਡੇ ਆਸੇ صدਕਾ ਜਾ ਰਿਹਾ ਔਰ ਇਹਨਾਂ صدਕਾ ਜਾ ਰਿਹਾ ਸਮਝ ਕੇ ਸ਼ੇਅਰ ਕਰਨਾ ਚਾਹੀਦਾ ਤੇ ਬਹੁਤ ਸ਼ੁਕਰੀਆ ਦੋਸਤਾਂ ਦਾ ਜਿਹੜੇ ਦੇਖ ਰਹੇ ਨੇ ਔਰ ਇਨਸ਼ਾਅੱਲਾ ਉਮੀਦ ਕਰਨੇ ਕਿ ਲੋਕਾਂ ਨੂੰ ਇਹ ਨਾਲ ਫਾਇਦਾ ਹੋਏਗਾ ਤੇ ਕਾਫੀ ਦੋਸਤ ਮਾਸ਼ਾਅੱਲਾ ਕਾਫੀ ਨੁਸਖੇ ਨੇ ਹਰ ਬੰਦਾ ਤਕਰੀਬਨ ਆਪਣੀ ਸਮਝ ਦੇ ਹਿਸਾਬ ਨਾਲ ਆਪਣੇ ਹਿਸਾਬ ਦੇ ਨਾਲ ਇਸਤੇਮਾਲ ਕਰਦਾ ਹੈ ਤੇ ਯਾਨੀ ਕੁਆ ਕਾਫੀ ਦੋਸਤਾਂ ਨੂੰ ਇਸ ਨੁਸਖੇ ਦਾ ਪਤਾ ਵੀ ਹੋਏਗਾ ਲੇਕਿਨ ਮਕਸਦ ਇਹ ਹੈ ਕਿ ਅਗਰ ਇੱਕ ਪਰਿੰਦੇ ਦੀ ਵੀ ਜਾਨ ਵੱਜ ਜਾਂਦੀ ਹੈ ਸਾਡੇ ਅਸੇ ਸਦਕਾ ਜਾ ਰਹੀ ਹੈ ਔਰ ਅੱਲਾਹ ਤਾਲਾ ਕਰੇ ਕਿ ਅੱਲਾਹ ਤਾਲਾ ਸਭ ਪਰਿੰਦਿਆਂ ਨੂੰ ਆਪਣੇ ਵਿਸੁਮਾਨ ਚ ਰੱਖੇ ਔਰ ਕੋਈ ਵੀ ਜਿਹੜਾ ਮੈਡੀਸਨ ਹੈ ਨਾ ਕੋਈ ਵੀ ਤੁਸੀਂ ਚੀਜ਼ ਅਗਰ ਕਬੂਤਰ ਨੂੰ ਦਿੰਦੇ ਹੋ ਇਹ ਬਿਮਾਰੀਆਂ ਆਉਣ ਤੋਂ ਪਹਿਲੇ ਵੇ ਇਹ احتیاطی تدابیر ਜਦੋਂ ਅੱਲਾ ਨਾ ਕਰੇ ਵਾਇਰਸ ਆ ਜਾਏ ਤਾਂ ਫਿਰ ਦੁਨੀਆ ਦੀ ਕੋਈ ਦਵਾਈ ਅਸਰ ਨਹੀਂ ਕਰਦੀ ਫਿਰ ਵਾਇਰਸ ਦਾ ਕਹਿੰਦਾ ਟਾਈਮ ਪੀਰੀਅਡ ਹੈ ਉਹ 14 ਦਿਨ ਚੱਲੇ 21 ਦਿਨ ਚੱਲੇ 28 ਦਿਨ ਚੱਲੇ 35 ਦਿਨ ਚੱਲੇ ਮੋਸਟਲੀ ਹੁੰਦਾ ਹੈ ਇਹ ਕਿ ਜਿਹੜਾ ਅਸੀਂ ਲਾਸਟ ਟਾਈਮ ਕਬੂਤਰਾਂ ਨੂੰ ਮੈਡੀਸਿਨ ਦੇ ਰਹੇ ਹੁੰਦੇ ਨਾ ਤੇ ਵਾਇਰਸ ਖਤਮ ਹੋ ਜਾਂਦਾ ਉਹ ਬੰਦੇ ਜਿੰਝ ਬੈਠ ਜਾਂਦੇ ਕਿ ਯਾਰ ਇਹ ਦਵਾਈ ਦਿੱਤੀ ਸੀ ਤੇ ਵਾਇਰਸ ਖਤਮ ਹੋ ਗਿਆ ਹਾਲਾਂਕਿ ਵਾਇਰਸ ਦੇ ਵਿੱਚ ਕੋਈ ਦਵਾਈ ਅਸਰ ਨਹੀਂ ਕਰਦੀ ਹਰ ਦਵਾਈ ਹਰ ਚੀਜ਼ ਜਿਹੜੀ ਹੈਗੀ ਇਖਤੀਆਤੀ ਤਦਬੀਰ ਪੀਲੇ ਵੇ ਵਾਈਰਸ ਨੂੰ ਆਨ ਤੋਂ ਪਹਿਲੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਬਹੁਤ ਸ਼ੁਕਰੀਆ ਦੋਸਤਾਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਅਗਰ ਪਸੰਦ ਆਏ ਤਾਂ ਤੁਸੀਂ ਕਮੈਂਟਸ ਕਰਕੇ ਜ਼ਰੂਰ ਦੱਸਣਾ ਇਨਸ਼ਾਅੱਲਾ ਅੱਲਾਹ ਤਾਲਾ ਸਭ ਨੂੰ ਆਪਣੇ ਵਜ਼ਮਾਂਚ ਰੱਖੇ ਅੱਲਾਹ ਹਫਿਜ਼ੀ ਬਹੁਤ ਸ਼ੁਕਰੀਆ